ਹੈਲੋ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਜੀ ਤੁਸੀਂ ਸਾਰੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਤੰਦਰੁਸਤੀ ਬਖਸ਼ਣ, ਚੜ੍ਹਦੀ ਕਲਾ ਬਖਸ਼ਣ ਜੀ। ਲਓ ਜੀ, ਟਾਈਮ ਹੋ ਗਿਆ 4 ਵਜੇ ਤੋਂ ਵੀ ਉੱਤੋਂ ਹੀ ਹੋ ਗਿਆ, 4:15 ਦਾ ਸ਼ਾਮ ਦਾ ਟਾਈਮ ਹੈ ਅਤੇ ਇੱਥੇ ਆਪਾਂ ਸਬਜ਼ੀ ਦੀ ਤਿਆਰੀ ਕਰ ਲਈ। ਅੱਜ ਬਣਾਵਾਂਗੇ ਆਪਾਂ ਸੋਇਆਬੀਨ ਦਾ ਚੂਰਾ। ਇਹਦੇ ਲਈ ਪਿਆਜ਼ ਮੈਂ ਕੱਟ ਕੇ ਰੱਖ ਲਏ ਅਤੇ ਇੱਧਰ ਚੂਰਾ ਭਿਓ ਕੇ ਰੱਖ ਲਿਆ। ਬਸ 10 ਮਿੰਟ ਭਿਓਂਗੀ, ਜਦੋਂ ਪਿਆਜ਼ ਕਾੜ ਕੇ ਰਸ ਧਾਨ ਲੱਗਦੀ ਸੀਗੀ ਅਤੇ ਗਰਮੀ ਹੈਗੀ, ਸਵੇਰੇ ਮੀਂਹ ਆਪਣੇ ਪੈ ਗਿਆ, ਕਾਫੀ ਸ਼ਰੋਟਾ ਜਿਹਾ, ਪਰ ਗਰਮੀ ਹਜੇ ਵੀ ਉਨੀ ਹੋਈ ਹੈ। ਅਤੇ ਮੰਮੀ ਕਰਾ ਕੇ ਲੈ ਕੇ ਆਏ ਨੇ ਬਿਸਕੁਟ, ਬਣ ਗਏ ਮੈਂ। ਕੀ ਰੇਟ ਬਣਾਏ? 80 ਰੁਪਈਏ ਕਿਲੋ ਮਗਰ। 80 ਰੁਪਈਏ ਕਿਲੋ ਮਗਰ? ਆ ਲਓ ਜੀ, ਆਹ ਨੇ ਆਪਣੇ ਬਿਸਕੁਟ ਬਣਾ ਲਏ ਆਪਾਂ, ਪੀਪੇ ਵਾਲੇ ਬਿਸਕੁਟ ਕਹਿੰਦੇ ਨੇ, ਪੀਪੇ ਵਾਲੇ ਬਿਸਕੁਟ। ਆਹ ਦੇਖੋ, ਪਤਲੇ ਪਤਲੇ ਨੇ, ਬੜੇ ਹੀ ਸੋਹਣੇ ਨੇ। 80 ਰੁਪਈਏ ਹੈ ਕਿਲੋ ਮਗਰ। ਕਿਲੋ ਮਗਰ ਕਿੰਨਾ ਸਮਾਨ ਸਮੂਨ ਕਿਵੇਂ ਪਿਆ? 2 ਕਿਲੋ ਆਟੇ ਦੇ, 2 ਕਿਲੋ ਆਟੇ 'ਚ ਚੀਨੀ ਕਿੰਨੀ ਕਿਲੋ? ਚੀਨੀ ਕਿਲੋ ਹੀ ਕਹਿੰਦੇ ਸੀ, ਮੈਨੂੰ ਲੱਗਦਾ ਡੈਡੀ ਜੀ ਖਾਂਦੇ ਆ। 1.5 ਕਿਲੋ ਪੈਂਦੀ ਆ, 1.5 2 ਕਿਲੋ। ਅਸੀਂ ਮਿੱਠਾ ਵੀ ਥੋੜ੍ਹਾ ਜ਼ਿਆਦਾ ਖਾਂਦੇ ਹਾਂ ਜੀ, ਹੈ ਨਾ। ਕਈ ਜਿਹੜੇ ਭੈਣ ਭਾਈ ਮੇਲਾ ਘੱਟ ਖਾਂਦੇ ਨੇ, ਉਹ ਘੱਟ ਪੈਂਦਾ ਹੋਊਗਾ। ਕਿਲੋ ਘਿਓ ਪਾਇਆ ਆਪਾਂ, ਫਾਰਮ ਘਿਓ ਪਾਇਆ ਜੀ, ਹੈ ਨਾ। ਬਾਜੇ ਦੇਸੀ ਵੀ ਪਾ ਲੈਂਦੇ ਨੇ ਮੇਰੇ ਭੈਣ ਭਾਈ, ਹੈ ਨਾ। ਦੇਸੀ ਯੂ ਵੀ ਥੋੜ੍ਹਾ ਜਿਹਾ ਘੱਟ ਖਾ ਕੇ ਖੁਸ਼ ਆ, ਕਹਿੰਦਾ ਉਹ ਹੁੰਦਾ ਮੰਮਾ, ਸਮੈਲ ਜੀ ਆਉਂਦੀ ਉਹਦੇ ਵਿੱਚੋਂ। ਅਤੇ ਆਪਾਂ ਫਾਰਮ ਘਿਓ ਪਾਇਆ ਅਤੇ 1 ਕਿਲੋ ਦੁੱਧ, 2 ਕਿਲੋ ਆਟੇ ਵਿੱਚ, ਕਿਲੋ ਘਿਓ, ਕਿਲੋ ਚੀਨੀ, ਕਿਲੋ ਹੀ 1.5 ਕਿਲੋ ਚੀਨੀ, 1.5 ਕਿਲੋ ਚੀਨੀ, ਕਿਲੋ ਹੀ ਦੁੱਧ, ਇਹ ਸਮਾਨ ਪੈਂਦਾ। ਅਤੇ ਮੰਮੀ ਬਿਸਕੁਟ ਕਰਾ ਕੇ ਲੈ ਕੇ ਆਏ ਨੇ, ਉੱਥੇ ਗਰਮੀ ਬਹੁਤ ਜ਼ਿਆਦਾ ਸੀਗੀ, ਹੈ ਨਾ। ਅਤੇ ਮੈਂ ਹੁਣ ਸਬਜ਼ੀ ਬਣਾਉਣ ਲੱਗਦੀ ਹਾਂ। ਯੁਵਰਾਜ ਵੀ ਸਕੂਲੋਂ ਤਾਂ ਕਾਫੀ ਚਿਰ ਹੋ ਗਿਆ, ਪ੍ਰੋਜੈਕਟ ਬਣ ਗਏ ਜੀ ਵੀ ਤੇਰੇ ਸਾਰੇ? ਯੂਵੀ ਕਿੱਦਣ ਦਾ ਗਾਹ ਪਾਉਂਦਾ ਸੀ, ਬਿਸਕੁਟ ਕਰਾਓ ਬਿਸਕੁਟ ਕਰਾਓ, ਹੁਣ ਕਰਾ ਲਏ, ਹੁਣ ਦੇਖਾਂ ਕਿੰਨੇ ਖਾਊਗਾ। ਨਾਲੇ ਇੱਕ ਅੱਧਾ ਦਿਨ ਮਸਾਂ ਖਾਣੇ ਨੇ ਜੀ, ਫਿਰ ਨਹੀਂ ਖਾਣੇ ਹੈਗੇ, ਬਿਸਕੁਟ ਖਾ ਲਏ ਨੇ, ਸਵਾਦ ਨੇ, ਹੈਲੋ ਕਰਦੇ। ਚਲੋ ਜੀ, ਮਿਲਦੇ ਹਾਂ ਹੁਣ। ਇੱਕ ਦੋ ਭੈਣਾਂ ਕਈ ਦਿਨ ਤੋਂ, ਇੱਕ ਕੌਰ ਦੀ ਆਈ ਡੀ ਤੋਂ ਅਤੇ ਇੱਕ ਹੋਰ ਨਾਮ ਭੁੱਲ ਗਈ ਮੈਂ, ਲਵਨੀਰ ਸੀ ਸ਼ਾਇਦ, ਹਮ ਜਾਇਓ ਅਤੇ ਮੰਮੀ ਚੱਲੇ ਨੇ ਘੁੰਮਣ ਸਤਰੋ ਮਾਸੀ ਦੇ ਘਰ। ਅਤੇ ਇੱਕ ਦੋ ਭੈਣਾਂ ਮੇਰੇ ਫਿਟਨੈਸ ਨੂੰ ਲੈ ਕੇ, ਹੈ ਨਾ, ਕਿੰਨੇ ਦਿਨ ਦੀਆਂ ਕਮੈਂਟ ਕਰਦੀਆਂ ਨੇ ਵੀ ਤੁਸੀਂ ਦੱਸੋ ਜੀ ਆਪਣੀ ਫਿਟਨੈਸ ਦਾ। ਉਹ ਅੱਜ ਥੋੜ੍ਹੀਆਂ ਜਿਹੀਆਂ ਤੁਹਾਡੇ ਨਾਲ ਆਪਾਂ ਉਹ ਟੋਪਿਕ 'ਤੇ ਗੱਲਾਂ ਕਰਦੇ ਹਾਂ, ਕਰਦੇ ਆ ਜੀ ਥੋੜ੍ਹਾ ਜਿਹਾ ਠਹਿਰ ਕੇ। ਬਸ ਮੈਂ ਸਬਜ਼ੀ ਬਣਾ ਲਵਾਂ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਲਓ ਜੀ, ਸਬਜ਼ੀ ਮੇਰੀ ਬਣ ਗਈ ਅਤੇ ਆਪਾਂ, ਮੈਂ ਕਿਹਾ ਹੁਣ ਥੋੜ੍ਹੀ ਜਿਹੀ ਨਾਲੇ ਗੱਲਾਂ ਕਰ ਲਈਏ, ਨਾਲੇ ਬੈਠਦੇ ਹਾਂ ਥੋੜ੍ਹੀ ਜਿਹੀ। ਐਂ ਹੁੰਦਾ ਮੈਨੂੰ ਵੀ ਰਸੋਈ ਦੇ ਵਿੱਚ ਕੰਮ ਕਰਦੀ ਨਾ, ਬ੍ਰੇਕ ਲੈ ਕੇ ਮੈਂ ਵੀ ਥੋੜ੍ਹਾ ਕੁ ਚਿਰ ਆਇਆ ਹੁੰਦਾ ਵੀ ਬਾਹਰ ਆ ਜਾਂ, ਹਵਾ ਜੀ ਆਜੂਗੀ, ਕਿਉਂਕਿ 1 ਲੱਖ 'ਤੇ ਜੇ ਆਪਾਂ ਖੜ੍ਹੇ ਰਹਿੰਦੇ ਹਾਂ ਫਿਰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ, ਠੀਕ ਹੈ ਜੀ। ਅਤੇ ਇੱਕ ਨੇ ਜੀ ਨਾਮ ਲੈ ਲਈਏ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰਨ ਤੋਂ, ਅਤੇ ਇੱਕ ਨੇ ਜੀ ਮੋਨਿਕਾ ਐਰੇ ਦੀ ਆਈਡੀ ਤੋਂ, ਮੋਨਿਕਾ ਦੀਦੀ, ਉਹਨਾਂ ਦੇ ਬੇਟੇ ਯੂਵੀ ਦਾ ਬਰਥਡੇ ਆ ਜੀ। ਹੈਪੀ ਬਰਥਡੇ ਯੂਵੀ ਬੇਟਾ, ਗੋਡ ਬਲੈਸ ਯੂ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ, ਚੜ੍ਹਦੀ ਕਲਾ 'ਚ ਰੱਖਣ ਜੀ। ਆਪਣੀ ਲਾਈਫ 'ਚ ਤੁਸੀਂ ਖੂਬ ਖੂਬ ਤਰੱਕੀਆਂ ਪਾਵੋ ਅਤੇ ਅੱਜ ਦਾ ਦਿਨ ਤੁਹਾਡਾ ਬਹੁਤ ਬਹੁਤ ਵਧੀਆ ਗੁਜ਼ਰੇ ਜੀ। ਇੱਕ ਨੇ ਜੀ ਕੁਲਦੀਪ ਕੌਰ ਦੀ ਆਈ ਡੀ ਤੋਂ, ਉਹਨਾਂ ਦਾ ਨੂੰਹ ਰਾਣੀ ਆ ਮਨਦੀਪ ਕੌਰ, ਉਹਨਾਂ ਦੀ ਨੂੰਹ ਰਾਣੀ ਆ ਜੀ ਮਨਦੀਪ ਜੀ, ਉਹਨਾਂ ਦਾ ਬਰਥਡੇ ਆ। ਹੈਪੀ ਬਰਥਡੇ ਡੀਅਰ, ਗੋਡ ਬਲੈਸ ਯੂ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ, ਚੜ੍ਹਦੀ ਕਲਾ ਰੱਖਣ ਜੀ। ਇੱਦਾਂ ਦਾ ਨਾ ਮੈਨੂੰ ਬੜਾ ਵਧੀਆ ਲੱਗਦਾ ਹੈ, ਜਿਵੇਂ ਮਦਰ ਇਨ ਲੋ, ਹੈ ਨਾ, ਆਪਣੀ ਦੇਖੋ ਉਹਨਾਂ ਨੇ ਡਾਟਰ ਇਨ ਲੋ ਨੂੰਹ ਬਾਰੇ, ਹੈ ਨਾ, ਬਰਥਡੇ ਵਿਸ਼ ਕਰਨ ਨੂੰ ਕਿਹਾ, ਬਹੁਤ ਵਧੀਆ ਲੱਗਦਾ ਹੈ। ਬਹੁਤ ਬਹੁਤ ਖੁਸ਼ ਰਹੋ ਜੀ, ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਗੁਜ਼ਰੇ ਮਨਦੀਪ ਕੌਰ ਜੀ।
ਅਤੇ ਇੱਕ ਨੇ ਜੀ ਜਸ਼ਨ ਸੰਧੂ ਦੀ ਆਈ ਡੀ ਤੋਂ, ਉਹ ਕਹਿੰਦੇ ਸੀ ਨਾਮ ਲੈ ਦਿਓ ਮਨਜੀਤ ਕੌਰ ਜੀ। ਠੀਕ ਹੈ ਜੀ, ਇਹ ਸੀਗੇ ਕੁਝ ਕੁ ਨਾਮ, ਅਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ। ਵੀਡੀਓ ਅੱਜ ਹੈਗੀ ਆਪਣੀ ਫਿਟਨੈਸ ਨੂੰ ਲੈ ਕੇ। ਇੱਕ ਭੈਣ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੌਰ ਦੀ ਆਈ ਡੀ ਤੋਂ, ਹੈ ਨਾ, ਕਈ ਦਿਨ ਤੋਂ ਕਹਿ ਰਹੇ ਸੀ ਤੁਸੀਂ ਆਪਣੀ ਫਿਟਨੈਸ ਨੂੰ ਲੈ ਕੇ, ਹੈ ਨਾ, ਵੀ ਵੀਡੀਓ ਬਣਾਓ। ਅਤੇ ਲਵਲੀਨ ਕੌਰ ਵੀ ਨੇ ਦੀਦੀ, ਉਹ ਵੀ ਕਹਿੰਦੇ ਸੀਗੇ। ਠੀਕ ਆ ਜੀ, ਫਿਟਨੈਸ ਦਾ ਦੇਖੋ ਭੈਣੇ, ਮੈਂ ਵੀ, ਹੈ ਨਾ, ਯੂਵੀ ਜਦ ਹੋਣ ਤੋਂ ਬਾਅਦ ਤਾਂ ਇੱਕ ਵਾਰ ਮੈਂ ਵੀ ਮੋਟੀ ਹੋ ਗਈ ਸੀ, ਕਿਉਂਕਿ ਡਿਲੀਵਰੀ ਤੋਂ ਬਾਅਦ ਹਰ ਇੱਕ ਔਰਤ ਨੋਰਮਲੀ ਮੋਟੀ ਹੁੰਦੀ ਓ ਹੁੰਦੀ ਹੈ ਜੀ। ਇਹ ਕੋਈ ਉਹ ਨਹੀਂ ਹੈਗਾ ਵੀ ਇਹ ਨੋਰਮਲੀ ਆ, ਵੀ ਇੱਕ ਵਾਰ ਤਾਂ ਆਪਣੇ 'ਤੇ ਮੋਟਾਪਾ ਆਉਂਦਾ ਹੀ ਆਉਂਦਾ, ਕਿਉਂਕਿ ਨਾ ਤਾਂ ਆਪਾਂ ਡਿਲੀਵਰੀ ਤੋਂ ਬਾਅਦ ਜਦੇ ਆਏ ਹੁੰਦਾ, ਵੀ ਕਈ ਭੈਣਾਂ ਦੇ ਸਰਜਰੀ ਹੁੰਦੀ ਆ, ਹੈ ਨਾ, ਵੀ ਉਹਨਾਂ ਨੂੰ ਜਲਦੀ ਕੰਮ ਵੀ ਨਹੀਂ ਲੱਗ ਸਕਦੀਆਂ, ਉਹ ਝਾੜੂ ਪੋਚਾ ਨਹੀਂ ਕਰ ਸਕਦੀਆਂ, ਵੀ ਜਿਵੇਂ ਥੋੜ੍ਹੀ ਬਹੁਤੀ ਐਕਸਰਸਾਈਜ਼ ਹੋ ਜਾਂਦੀ ਹੈ ਜਿਵੇਂ ਇਹ ਘਰ ਦੇ ਕੰਮਾਂ ਨਾਲ, ਹੈ ਨਾ। ਵੀ ਵੈਸੇ ਅੱਜ ਕੱਲ੍ਹ ਤਾਂ ਨਾ ਡਿਲੀਵਰੀ ਤੋਂ ਪਹਿਲਾਂ ਵੀ ਬੱਚਿਆਂ 'ਚ ਕਾਫੀ ਜ਼ਿਆਦਾ ਮੋਟਾਪਾ ਆਪਾਂ ਨੂੰ ਦੇਖਣ ਨੂੰ ਮਿਲਦਾ, ਕਿਉਂਕਿ ਇਹ ਖਾਣ ਪੀਣ ਦੇ ਕਾਰਨ ਹੋ ਰਿਹਾ। ਆਪਣੇ ਜਿਹੜੇ ਆਪਾਂ ਫਾਸਟ ਫੂਡ ਖਾਂਦੇ ਹਾਂ ਨਾ, ਇਹ ਚੀਜ਼ਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੀ ਆਪਣੀ, ਹੈ ਨਾ, ਸਰੀਰ ਨੂੰ। ਇਹ ਚੀਜ਼ਾਂ ਦਾ ਫਿਰ ਬਾਅਦ ਕਿਤੇ ਨਾ ਕਿਤੇ ਆਪਾਂ ਨੂੰ ਮੋਟਾਪੇ ਦੇ ਰੂਪ 'ਚ ਦੇਖਣੀਆਂ ਪੈਂਦੀਆਂ ਨੇ। ਮੋਟਾਪੇ ਦੇ ਕਾਰਨ ਕਈ ਹੋ ਸਕਦੇ ਨੇ ਭੈਣੇ, ਕਈ ਤਾਂ ਐਕਸਰਸਾਈਜ਼ ਜਿਵੇਂ ਖਾਣ ਪੀਣ ਨਾਲ ਆਪਣਾ ਠੀਕ ਹੋ ਵੀ ਜਾਂਦਾ, ਕਈ ਮੋਟਾਪੇ ਇਹੋ ਜਿਹੇ ਹੁੰਦੇ ਨੇ ਜਿਹੜਾ ਕੋਈ ਨਾ ਕੋਈ ਆਪਾਂ ਨੂੰ ਬਿਮਾਰੀ ਦੇ ਰੂਪ 'ਚ ਹੁੰਦਾ, ਹੈ ਨਾ। ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁਣ ਦੇਖੋ ਅੱਜ ਕੱਲ੍ਹ ਚੱਲੀਆਂ ਹੋਈਆਂ ਨੇ, ਕਿਸੇ ਦਾ ਯੂਰੀਆ ਵੱਧ ਗਿਆ, ਕਿਸੇ ਦਾ ਕੈਸਟਰੋਲ ਵੱਧਦਾ, ਹੈ ਨਾ, ਕਿਸੇ ਨੂੰ ਥਾਇਰਡ ਆ। ਥਾਇਰਡ ਤਾਂ ਮੈਨੂੰ ਲੱਗਦਾ 10 ਦੇ ਵਿੱਚੋਂ 5 ਨੂੰ ਹੈਗਾ ਹੀ ਹੈਗਾ, ਹੁਣ ਇਹ ਕਾਫੀ ਚੀਜ਼ ਚੱਲੀ ਹੋਈ ਆ। ਵੀ ਇਸ ਲਈ ਡਾਈਟਿੰਗ ਚਲੋ ਆਪਣੀ ਜਗ੍ਹਾ ਫੋਲੋ ਕਰੋ ਆਪਾਂ, ਹੈ ਨਾ, ਉਹ ਕੋਈ ਉਹ ਨਹੀਂ, ਨੁਕਸਾਨ ਨਹੀਂ ਉਹ ਚੀਜ਼ ਦਾ, ਪਰ ਨਾਲ ਦੀ ਨਾਲ ਆਪਣਾ ਰੈਗੂਲਰ ਚੈੱਕਅਪ ਵੀ ਜ਼ਰੂਰ ਕਰਾਓ, ਵੀ ਆਪਾਂ ਹੋਰ ਡਾਈਟਿੰਗ ਦੇ ਵਿੱਚ ਲੱਗੇ ਰਹੀਏ ਅਤੇ ਮੋਟਾਪਾ ਕਿਸੇ ਹੋਰ ਕਾਰਨ ਆਪਾਂ ਨੂੰ ਹੋ ਰਿਹਾ ਹੋਵੇ, ਹੈ ਨਾ। ਵੀ ਇਹ ਚੀਜ਼ਾਂ ਦਾ ਵੀ ਧਿਆਨ ਰੱਖੋ ਭੈਣੇ। ਬਾਕੀ ਮੇਰੀ ਫਿਟਨੈਸ ਦਾ ਰਾਜ ਭੈਣੇ ਕੋਈ ਖਾਸ ਹੈ ਨਹੀਂ, ਪਰ ਹੈ ਜਿੰਨਾ ਕੁ ਮੈਂ ਫੋਲੋ ਕਰਦੀ ਹਾਂ ਘਰ ਦੀਆਂ ਚੀਜ਼ਾਂ ਵਾਲੇ, ਹੈ ਨਾ, ਉਹ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਤੁਹਾਡੇ ਨਾਲ ਕਰ ਲੈਂਦੀ ਹਾਂ। ਇੱਕ ਤਾਂ ਦੇਖੋ ਭੈਣੇ, ਜਿਹੜੀਆਂ ਵੀ ਭੈਣਾਂ ਨੂੰ ਇਹ ਪ੍ਰੋਬਲਮ ਆ ਮੋਟਾਪੇ ਦੀ, ਸਭ ਤੋਂ ਪਹਿਲਾਂ ਤਾਂ ਉਹ ਗਰਮ ਪਾਣੀ ਜ਼ਰੂਰ ਪੀਓ। ਗਰਮ ਪਾਣੀ ਦੇਖੋ, ਨਿੰਬੂ ਗਰਮ ਪਾਣੀ ਉਬਾਲ ਲਓ ਇੱਕ ਗਲਾਸ, ਜਾਂ ਥੋੜ੍ਹਾ ਜਿਹਾ ਘੱਟ ਜੂਗਾ ਉਹਦੇ ਵਿੱਚ ਨਿੰਬੂ ਦਾ ਰਸ ਪਾ ਲਓ ਅਤੇ ਹਨੀ ਪਾ ਲਓ। ਨੋਰਮਲ ਜਦੋਂ ਥੋੜ੍ਹਾ ਜਿਹਾ ਰੂਮ ਟੈਂਪ ਕੋਸਾ ਕੋਸਾ ਜਿਹਾ ਰਹਿ ਜੂਗਾ, ਜਿਹਦੇ 'ਚ ਜ਼ਿਆਦਾ ਉਨੇ ਗਰਮ ਪਾਣੀ 'ਚ ਨਹੀਂ ਪਾਉਣਾ, ਜਾਂ ਥੋੜ੍ਹਾ ਜਿਹਾ ਕੋਸਾ ਕੋਸਾ ਜਿਹਾ ਰਹਿ ਜੂਗਾ, ਉਹਦੇ ਵਿੱਚ ਨਿੰਬੂ ਨਿਚੋੜ ਲਓ ਇੱਕ, ਅਤੇ ਇੱਕ ਚਮਚ ਹਨੀ ਦਾ ਪਾ ਕੇ, ਮਖਿਆਲ ਜਿਹੜਾ ਆਪਾਂ ਕਹਿੰਦੇ ਹਾਂ, ਉਹ ਪਾ ਕੇ ਉਹਨੂੰ ਤੁਸੀਂ ਪੀਓ ਖਾਲੀ ਪੇਟ, ਜਿਨ੍ਹਾਂ ਨੇ ਆਪਣਾ ਵਜ਼ਨ ਘਟਾਉਣਾ, ਹੈ ਨਾ। ਨਿੰਬੂ ਦੇ ਵਿੱਚ ਨਾਲੇ ਤਾਂ ਦੇਖੋ ਵਿਟਾਮਿਨ ਸੀ ਹੁੰਦਾ, ਆਪਣੀ ਸਕਿਨ ਲਈ ਵੀ ਬਹੁਤ ਜ਼ਿਆਦਾ ਵਧੀਆ ਹੈ, ਹੈ ਨਾ। ਨਾਲੇ ਆਪਣੇ ਜੀ ਲੀਵਰ ਲਈ, ਖਾਣ ਪੀਣ ਵਾਲੀਆਂ ਚੀਜ਼ਾਂ ਹਜ਼ਮ ਕਰਨ ਲਈ ਵੀ ਬਹੁਤ ਵਧੀਆ, ਨਿੰਬੂ ਦੇ ਫਾਇਦੇ ਬਹੁਤ ਨੇ, ਤੁਸੀਂ ਪੀ ਕੇ ਦੇਖਿਓ ਜ਼ਰੂਰ, ਹੈ ਨਾ। ਗਰਮ ਪਾਣੀ 'ਚ ਲਾਏਂਗੇ ਉਹ ਤਾਂ ਮੋਟਾਪੇ ਨੂੰ ਵੀ ਰਾਹਤ ਮਿਲਦੀ ਹੈ, ਬਹੁਤ ਵਧੀਆ ਚੀਜ਼ ਹੈ ਜੀ। ਨਿੰਬੂ ਦੇ ਵਿੱਚ ਵਿਟਾਮਿਨ ਡੀ ਆਪਣੀ ਸਕਿਨ ਨੂੰ ਵੀ ਬਹੁਤ ਵਧੀਆ ਕਰਦਾ ਹੈ, ਹੈ ਨਾ, ਇਹ ਪੀਵੋ। ਅਤੇ ਇਹ ਪੀ ਕੇ ਖਾਲੀ ਪੇਟ, ਉਦੋਂ ਬਾਅਦ ਤੁਸੀਂ ਘੰਟਾ ਕੁਛ ਨਹੀਂ ਲੈਣਾ ਜੀ, ਨਾ ਚਾਹ ਪੀਣੀ ਹੈ। ਜਿਹੜੀਆਂ ਭੈਣਾਂ ਚਾਹ ਪੀਂਦੀਆਂ ਨੇ ਉਹ ਘੰਟੇ ਬਾਅਦ ਹੀ ਪੀਓ, ਜਾਂ ਜੋ ਵੀ ਤੁਸੀਂ ਚਾਹ ਨਹੀਂ ਵੀ ਪੀਣੀ, ਸਕਿੱਪ ਕਰਨੀ ਹੈ, ਨਾਸ਼ਤਾ ਹੀ ਕਰਨਾ ਸਿੱਧਾ, ਤਾਂ ਘੰਟੇ ਬਾਅਦ ਖਾਓ, ਘੰਟਾ ਕੁਛ ਨਹੀਂ ਲੈਣਾ। ਠੀਕ ਹੈ ਜੀ। ਅਤੇ ਇੱਕ ਤੁਸੀਂ ਇਹ ਵੀ ਕਰ ਸਕਦੇ ਹੋ ਜੀ, ਹੈ ਨਾ, ਜਿਹੜੇ ਨਿੰਬੂ, ਜਿਨ੍ਹਾਂ ਨੂੰ ਕਈ ਭੈਣ ਭਾਈ ਹੁੰਦੇ ਨੇ ਜਿਨ੍ਹਾਂ ਨੂੰ ਨਿੰਬੂ ਨਹੀਂ ਮਾਫਕ ਹੈਗਾ ਜੀ, ਨਿੰਬੂ ਪਾਣੀ ਨਹੀਂ ਮਾਫਕ ਹੁੰਦਾ ਜਿਨ੍ਹਾਂ ਨੂੰ, ਹੈ ਨਾ, ਜਿਵੇਂ ਕਈ ਵਾਰ ਯੂਰੀਆ ਹੀ ਵੱਧਦਾ, ਉਹਦੇ ਵਿੱਚ ਆਪਾਂ ਕਹਿੰਦੇ ਖੱਟਾ ਨਹੀਂ ਖਾਣਾ, ਡਾਕਟਰ ਦੱਸ ਦਿੰਦੇ ਨੇ, ਹੈ ਨਾ, ਤਾਂ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਜੀਰਾ ਲਓ, ਇੱਕ ਚਮਚ ਹੀ ਤੁਸੀਂ ਲੈ ਲਓ ਸੌਂਫ, ਸੌਂਫ ਅਤੇ ਜੀਰਾ ਇੱਕ ਇੱਕ ਚਮਚ ਪਾ ਲਓ ਜੀ ਡੇਢ ਗਲਾਸ ਪਾਣੀ ਦੇ ਵਿੱਚ। ਜਦੋਂ ਇੱਕ ਗਲਾਸ ਪਾਣੀ ਰਹਿ ਜੂ, ਉਹਨੂੰ ਉਬਾਲਣਾ ਚੰਗੀ ਤਰ੍ਹਾਂ,
ਜਦੋਂ ਇੱਕ ਗਲਾਸ ਪਾਣੀ ਰਹਿ ਜੂ ਉਹਨੂੰ ਛਾਣ ਕੇ ਥੋੜ੍ਹਾ ਕੋਸਾ ਰਹਿ ਜਾਣ ਦਿਉ, ਉਹੀ ਜਿਵੇਂ ਪੂਰਾ ਗਰਮ ਚਾਹੇ ਨਾ ਪੀਓ, ਥੋੜ੍ਹਾ ਜਿਹਾ ਕੋਸਾ ਹੋਏ ਤਾਂ ਉਹਨੂੰ ਪੀਓ ਸਿਪ ਸਿਪ ਕਰਕੇ, ਇੱਕ ਨੇ ਖਾਲੀ ਪੇਟ ਖਾਲੀ ਪੇਟ ਇਹਨੂੰ ਪੀਓ ਜੀ। ਇਹ ਵੀ ਤੁਹਾਡੇ ਲਈ ਬਹੁਤ ਵਧੀਆ ਚੀਜ਼ ਆ, ਇੱਕ ਡਰਿੰਕ ਆਪਣੇ ਲਈ ਵਜ਼ਨ ਘਟਾਉਣ ਲਈ, ਹੈ ਨਾ, ਵੀ ਬਹੁਤ ਵਧੀਆ ਡਰਿੰਕ ਆ, ਤੁਸੀਂ ਇਹ ਵੀ ਕਰ ਸਕਦੇ ਹੋ। ਇਹ ਦੋਵੇਂ ਬਹੁਤ ਵਧੀਆ ਡਰਿੰਕ ਨੇ ਜਿਹੜੇ ਆਪਾਂ ਖਾਲੀ ਪੇਟ ਪੀ ਸਕਦੇ ਹਾਂ, ਠੀਕ ਆ ਜੀ। ਅਤੇ ਬਾਕੀ ਹੈਗਾ ਭੈਣੇ ਨਮਕ, ਜਿਹੜਾ ਆਪਾਂ ਵਾਈਟ ਨਮਕ ਖਾਂਦੇ ਹਾਂ ਇਹ ਵੀ ਬਹੁਤ ਜ਼ਿਆਦਾ ਨੁਕਸਾਨ ਕਰਦਾ ਆਪਾਂ ਨੂੰ। ਤੁਸੀਂ ਨਾ ਕੋਸ਼ਿਸ਼ ਕਰੋ ਵੀ ਸੇਧਾ ਨਮਕ ਆਉਂਦਾ ਇੱਕ, ਥੋੜ੍ਹਾ ਜਿਹਾ ਬਰਾਊਨ ਟੈਪ ਲਾਲ ਰੈੱਡ ਜਿਹਾ ਹੁੰਦਾ, ਪੂਰਾ ਰੈੱਡ ਵੀ ਨਹੀਂ ਹੁੰਦਾ ਜੀ, ਸੈਦਾ ਕਹਿ ਕੇ ਹੀ ਲਿਆ ਜਾਂਦਾ ਇਹ ਸੈਦਾ ਨਮਕ, ਹੈ ਨਾ। ਮੇਰੇ ਕੋਲ ਪੈਕਟ ਨਹੀਂ ਹੈਗਾ ਕਿਉਂਕਿ ਮੇਰਾ ਖਤਮ ਹੋਇਆ ਹੋਇਆ ਸ਼ੀਸ਼ੀ 'ਚ ਪਾਇਆ ਹੋਇਆ ਜਿਹੜਾ ਹੈਗਾ ਇਹ, ਹੈ ਨਾ, ਵੀ ਤੁਸੀਂ ਉਹ ਨਮਕ ਲਿਆ ਸਕਦੇ ਹੋ। ਅਤੇ ਇੱਕ ਜਿਹੜਾ ਆਪਾਂ ਦਾਲ ਸਬਜ਼ੀ ਵਿੱਚ ਦਹੀਂ 'ਚ ਜੋ ਵੀ ਆ ਐਕਸਟਰਾ ਨਮਕ ਪਾਉਂਦੇ ਹਾਂ ਉਹ ਬਹੁਤ ਮਾੜਾ ਜੀ, ਐਕਸਟਰਾ ਨਮਕ ਕਦੇ ਨਾ ਪਾਵੋ। ਜਿਹੜਾ ਹਾਂਜੀ ਦਾਲ ਸਬਜ਼ੀ 'ਚ ਰਿੱਝ ਗਿਆ ਉਹ ਗੱਲ ਵੱਖਰੀ ਆ, ਜਿਹੜਾ ਆਪਾਂ ਉੱਪਰ 'ਚ ਹੀ ਪਾਉਂਦੇ ਹਾਂ ਉਹ ਨਮਕ ਕਦੇ ਨਾ ਪਾਵੋ ਜੀ, ਉਹ ਨਮਕ ਬਹੁਤ ਨੁਕਸਾਨ ਕਰਦਾ ਆਪਾਂ ਨੂੰ। ਅਤੇ ਅਗਲੀ ਚੀਜ਼ ਆ ਜੀ, ਜਿਹੜੀ ਆਪਾਂ ਚਾਹ ਪੀਂਦੇ ਹਾਂ, ਠੀਕ ਆ ਜੀ, ਉਹਦੇ ਵਿੱਚ ਆਪਾਂ ਮਿੱਠਾ ਪਾਉਂਦੇ ਹਾਂ, ਠੀਕ ਆ। ਚੀਨੀ ਤਾਂ ਜੀ ਆਪਣੇ ਲਈ ਇੰਨੀ ਮਾੜੀ, ਤੁਸੀਂ ਮੇਰੇ ਕਹੇ 'ਤੇ ਦੋ ਮਹੀਨੇ ਮਿੱਠਾ ਛੱਡ ਕੇ ਦੇਖ ਲਓ, ਤੁਹਾਨੂੰ ਆਪਣੇ ਆਪ ਤੁਹਾਡਾ ਵੇਟ ਕਰਕੇ ਮਿੱਠਾ ਛੱਡੋ ਅਤੇ ਵੇਟ ਬਾਅਦ ਵਿੱਚ 2 ਮਹੀਨੇ ਬਾਅਦ ਵੇਟ ਕਰਿਓ ਵੀ ਤੁਹਾਨੂੰ ਕਿੰਨਾ ਘੱਟਦਾ ਹੈ, ਹੈ ਨਾ। ਮੈਂ ਦੀਦੀ ਮਿੱਠਾ ਬਿਲਕੁਲ ਨਹੀਂ ਖਾਂਦੀ ਹੈਗੀ, ਬਿਲਕੁਲ ਵੀ ਨਹੀਂ ਖਾਂਦੀ ਹੈਗੀ, ਕਿਵੇਂ ਕਹਾਂ ਤੁਹਾਨੂੰ। ਹਾਂਜੀ ਟੇਸਟ ਦੇਖ ਲਿਆ ਉਹ ਗੱਲ ਵੱਖਰੀ ਆ, ਵੀ ਜਿਵੇਂ ਕੋਈ ਮਠਿਆਈ ਆਉਂਦੀ ਆ ਜਾਂ ਕੋਈ ਖੀਰ ਬਣਾਉਂਦੇ ਆ, ਕਸਟਰਡ ਬਣਾਉਂਦੇ ਆ, ਕੁਛ ਵੀ ਕਰਦੇ ਹਾਂ, ਵੀ ਮੈਂ ਮਿੱਠਾ ਬਹੁਤ ਘੱਟ ਖਾਂਦੀ ਹਾਂ, ਬਿਲਕੁਲ ਸਕਿੱਪ ਕਰਦੀ ਹਾਂ। ਚਾਹ ਵੀ ਮੈਂ ਇੰਨੀ ਕੁ ਲੈਂਦੀ ਹਾਂ ਅਤੇ ਉਹੀ ਬਸ ਇੱਕ ਟਾਈਮ ਉਹੀ ਪੀਣੀ ਹੁੰਦੀ ਆ, ਮੁੜ ਕੇ ਮੈਂ ਚਾਹ ਦੁੱਧ ਵੀ ਨਹੀਂ ਪੀਂਦੀ ਹੈਗੀ, ਉਹ ਵੀ ਆ। ਹਾਂਜੀ ਦਹੀਂ ਲੱਸੀ ਖਾਓ, ਉਹ ਕੋਈ ਨੁਕਸਾਨ ਨਹੀਂ ਹੈਗੇ, ਦੁੱਧ ਤੁਸੀਂ ਪੀ ਸਕਦੇ ਹੋ ਪਰ ਮਿੱਠੇ ਤੋਂ ਬਗੈਰ ਪੀਓ, ਜਾਂ ਤੁਹਾਨੂੰ ਹੈਗਾ ਹੀ ਆ ਵੀ ਤੁਸੀਂ ਮਿੱਠਾ ਹੀ ਪੀਂਦੇ ਹੋ, ਹੌਲੀ ਹੌਲੀ ਚਲੋ ਆਦਤ ਹੁੰਦੀ ਆ, ਹੌਲੀ ਹੌਲੀ ਉਹ ਛੁੱਟਦੀ, ਇੱਕ ਲੱਖ ਤਾਂ ਕੋਈ ਵੀ ਆਦਤ ਨਹੀਂ ਛੁੱਟਦੀ। ਸ਼ੱਕਰ ਪਾ ਲਓ, ਥੋੜ੍ਹੀ ਜਿਹੀ ਸ਼ੱਕਰ ਪਾ ਲਓ ਪਰ ਚੀਨੀ ਨਾ ਪਾਓ, ਚੀਨੀ ਕਦੇ ਵੀ ਨਾ ਲਾਓ, ਚੀਨੀ ਬਹੁਤ ਜ਼ਿਆਦਾ ਆਪਾਂ ਨੂੰ ਨੁਕਸਾਨ ਕਰਦੀ ਆ। ਕਈ ਹੁਣ ਦੇਖੋ ਜੀ ਆਪਣੇ ਆ ਗ੍ਰੀਨ ਟੀ ਆਈ ਹੋਈਆਂ ਨੇ, ਹਾਂ ਉਹ ਕੌੜੀ ਬਹੁਤ ਹੁੰਦੀ ਹੈ ਜੀ, ਮੇਰੇ ਤੋਂ ਨਹੀਂ ਪੀ ਹੁੰਦੀ ਹੈਗੀ, ਬਹੁਤ ਔਖੀ ਲੱਗੀ ਆ। ਪਹਿਲਾਂ ਜਿਵੇਂ ਵੀ ਮੋਟੀ ਸੀਗੀ ਜੀ, ਇਹ ਨਹੀਂ ਹੈਗਾ ਵੀ ਮੈਂ ਪਹਿਲਾਂ ਵੀ ਇੱਦਾਂ ਹੀ ਸੀਗੀ, ਯੂ ਵੀ ਹੋਣ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਦੀ ਹਾਂ ਮੈਂ ਵੀ ਮੋਟੀ ਹੋ ਗਈ ਸੀ, ਪਰ ਹੁਣ ਮੈਂ ਠੀਕ ਹਾਂ ਜੀ, ਹੈ ਨਾ। ਅਤੇ ਬਾਕੀ ਆਪਣੇ ਘਰ ਦਾ ਕੰਮ ਸਾਰਾ ਆਪਾਂ ਆਪ ਕਰੀਦਾ, ਇਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪੈਂਦਾ, ਹੈ ਨਾ, ਵੀ ਆਪਾਂ ਜਿਵੇਂ ਝਾੜੂ ਝੂੜੂ ਲਾਉਂਦੇ ਹਾਂ, ਪੋਚਾ ਬੈਠ ਕੇ ਲਾਉਂਦੇ ਹਾਂ, ਉਹ ਵੀ ਬਹੁਤ ਜ਼ਿਆਦਾ ਆਪਣੇ ਸਕਿਨ ਆਹ ਅਤੇ ਸਰੀਰ 'ਤੇ ਉਹ ਚੀਜ਼ਾਂ ਦਾ ਵੀ ਫਾਇਦਾ ਹੈ ਜੀ, ਹੈ ਨਾ। ਬੈਠ ਕੇ ਪੋਚਾ ਲਾਇਆ ਕਰੋ, ਉਹ ਵੀ ਬਹੁਤ ਵਧੀਆ ਹੈ। ਅਤੇ ਬਾਕੀ ਇੱਕ ਚੀਜ਼ ਇਹ ਹੈ ਜੀ, ਜਿਹੜੀ ਆਪਾਂ ਸ਼ਾਮ ਦੀ ਰਾਤ ਦੀ ਰੋਟੀ ਖਾਂਦੇ ਹਾਂ, ਉਹ ਤੁਸੀਂ ਕਮ ਸੇ ਕਮ 3 ਘੰਟੇ ਤਾਂ ਪੱਕਾ ਪਹਿਲਾਂ ਖਾਓ ਹੀ ਖਾਓ ਸੌਣ ਤੋਂ, ਤਾਂ ਜੋ ਆਪਾਂ ਰੋਟੀ ਖਾ ਕੇ ਥੋੜ੍ਹੇ ਜਿਹੇ ਗੇੜੇ ਕੱਢ ਸਕੀਏ। ਜ਼ਰੂਰੀ ਨਹੀਂ ਬਾਹਰੇ ਵਾਕ ਕਰਨ ਜਾਣਾ, ਹੁਣ ਸਾਡੇ ਵੀ ਇਹ ਆ ਵੀ, ਹੈ ਨਾ, ਸਹੁਰੇ ਘਰ ਤੁਹਾਨੂੰ ਪਤਾ ਹੀ ਆਪਾਂ ਕਿੰਨਾ ਕੁ ਬਾਹਰ ਨਿਕਲ ਸਕਦੇ ਹਾਂ, ਹੈ ਨਾ, ਵੀ ਜਾਬ ਨਹੀਂ ਹੁੰਦਾ ਹੈਗਾ। ਵੈਸੇ ਵੀ ਸ਼ਾਮ ਨੂੰ ਕੰਮ ਕੁੰਮ ਦਾ ਟਾਈਮ ਹੁੰਦਾ ਹੈ, ਜਿਹਨਾਂ ਭੈਣਾਂ ਦੇ ਹਸਬੈਂਡ ਹੁਣ ਕੰਮਾਂ 'ਤੇ ਲੱਗੇ ਹੁੰਦੇ ਨੇ, ਉਹ ਵੀਰਾਂ ਦੇ ਸ਼ਾਮ ਨੂੰ ਆਉਣ ਦਾ ਘਰ ਟਾਈਮ ਹੁੰਦਾ ਹੈ, ਵੀ ਘਰ ਆਉਣਾ ਉਸ ਟਾਈਮ 'ਤੇ ਵੀ ਆਪਾਂ ਤੋਂ ਬਾਹਰ ਵਾਕ ਲਈ ਨਹੀਂ ਜਾ ਹੁੰਦਾ, ਤਾਂ ਤੁਸੀਂ ਆਪਣੇ ਵਿਹੜੇ 'ਚ ਜਿੱਥੇ ਕਿ ਜਿੰਨਾ ਵਿਹੜਾ ਛੋਟਾ ਹੈ ਤਾਂ ਰੂਮ ਵਗੈਰਾ ਵਿੱਚ ਰੋਟੀ ਖਾ ਕੇ ਬੈਠੋ, ਪਾਓ ਨਾ, ਗੇੜੇ ਕੱਢ ਲਓ ਥੋੜ੍ਹਾ ਕੁ ਚਿਰ।
ਠੀਕ ਆ ਜੀ, ਗੇੜੇ ਕੱਢੋ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਵਿੱਚ, ਉਸ ਤੋਂ ਬਾਅਦ ਹੀ ਸੌਂਵੋ ਅਤੇ ਰਾਤ ਨੂੰ ਦੁੱਧ ਬਿਲਕੁਲ ਨਾ ਪੀਵੋ। ਮੈਂ ਦੁੱਧ ਬਿਲਕੁਲ ਵੀ ਪੀ ਕੇ ਨਹੀਂ ਸੌਂਦੀ ਰਾਤ ਨੂੰ, ਸਵੇਰੇ ਮੈਂ ਮੋਰਨਿੰਗ ਦੇ ਵਿੱਚ ਆਪਣੀ ਚਾਹ ਦੀ ਜਗ੍ਹਾ ਉਹੀ ਦੁੱਧ ਲੈ ਲੈਂਦੀ ਹਾਂ, ਦੁੱਧ ਦੇ ਵਿੱਚ ਪੱਤੀ ਪਾ ਲਵਾਂ ਚਾਹੇ ਨੋਰਮਲ ਦੁੱਧ ਲੈ ਲਵਾਂ, ਉਹ ਗੱਲ ਵੱਖਰੀ ਆ ਵੀ। ਪਰ ਰਾਤ ਨੂੰ ਸੌਣ ਲੱਗੇ ਹੈ ਨਾ, ਕਈਆਂ ਨੂੰ ਪਿੰਡਾਂ 'ਚ ਤਾਂ ਖਾਸ ਕਰਕੇ ਆਦਤ ਆ ਵੀ ਰਾਤ ਨੂੰ ਆਪਾਂ ਦੁੱਧ ਪੀ ਕੇ ਸੌਣਾ ਹੈ ਨਾ, ਉਹ ਆਦਤ ਨੂੰ ਸਕਿੱਪ ਕਰੋ ਜੀ, ਉਹ ਆਦਤ ਬਿਲਕੁਲ ਨਾ ਪਾਓ, ਰਾਤ ਨੂੰ ਦੁੱਧ ਪੀ ਕੇ ਨਾ ਸੌਵੋ, ਠੀਕ ਆ ਜੀ। ਉਹ ਦਿਨ 'ਚ ਲੈ ਲਓ, ਇੱਕ ਟਾਈਮ ਲੈ ਲਓ, ਦੁਪਹਿਰੇ ਲੈ ਲਓ, ਸਵੇਰੇ ਲੈ ਲਓ, ਜਦੋਂ ਵੀ ਤੁਸੀਂ ਪੀਣਾ ਚਾਹੋ ਦਿਨ 'ਚ ਦੁੱਧ ਪੀ ਲਓ ਸ਼ੱਕਰ ਪਾ ਕੇ, ਠੀਕ ਆ ਜੀ। ਇਹ ਥੋੜ੍ਹੀਆਂ ਜਿਹੜੀਆਂ ਗੱਲਾਂ ਨੇ ਤੁਸੀਂ ਫੋਲੋ ਕਰਕੇ ਦੇਖਿਓ, 2 ਮਹੀਨੇ ਦੇ ਵਿੱਚ ਤੁਹਾਡਾ ਵੇਟ ਜ਼ਰੂਰ ਜ਼ਰੂਰ ਘਟੂਗਾ ਜੀ, ਜ਼ਰੂਰ ਘਟੂਗਾ। ਵੀ ਇਹ ਨਹੀਂ ਹੋਊਗਾ ਵੀ ਨਹੀਂ, ਇੱਕ ਡਰਿੰਕ ਹੋ ਗਈ, ਇੱਕ ਆਹ ਪਾਣੀ ਡਰਿੰਕ ਹੋ ਗਈ, ਇੱਕ ਜੀਰੇ ਵਾਲਾ ਪਾਣੀ ਹੋ ਗਿਆ, ਜੀਰੇ 'ਤੇ ਸੌਂਫ ਵਾਲਾ, ਇੱਕ ਮਿੱਠਾ ਸਕਿੱਪ ਕਰੋ, ਠੀਕ ਆ ਜੀ। ਇੱਕ ਚਿੱਟਾ ਨੂਣ ਆ ਜਿਹੜਾ, ਵਾਈਟ ਨਮਕ ਆ, ਉਹਨੂੰ ਚੇਂਜ ਕਰੋ ਜੀ, ਹੈ ਨਾ। ਅਤੇ ਇੱਕ ਤੁਸੀਂ ਜੀ ਜਿਹੜਾ ਫਿਰ ਹੁਣ ਦੇਖੋ ਜੀ, ਜੇ ਆਪਾਂ ਇੰਨੀ ਕੋਸ਼ਿਸ਼ ਕਰ ਰਹੇ ਹਾਂ ਤਾਂ ਫਾਸਟ ਫੂਡ ਤਾਂ ਛੱਡਣਾ ਹੀ ਪਊਗਾ, ਹੈ ਨਾ। ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਬਿਲਕੁਲ ਇਹ ਨਾ ਖਾਵੋ, ਹੈ ਨਾ। ਹਫ਼ਤੇ 'ਚ ਇੱਕ ਦਿਨ ਖਾ ਲਓ, ਥੋੜ੍ਹਾ ਭੁੱਖ ਰੱਖ ਕੇ ਖਾ ਲਓ, ਆਏ ਨਹੀਂ ਵੀ ਤੋ ਖਾਂਦੀ। ਤਾਂ ਚਲੋ ਮੈਂ ਵੀ ਹੁਣ ਤੁਹਾਨੂੰ ਪਤਾ ਮੈਂ ਫਾਸਟ ਫੂਡ ਖਾਂਦੇ ਹਾਂ, ਅਸੀਂ ਤਾਂ ਘਰੇ ਬਣਾਉਂਦੇ ਹਾਂ ਅਤੇ ਖਾਂਦੇ ਵੀ ਹਾਂ, ਉਹ ਕੋਈ ਗੱਲ ਨਹੀਂ। ਪਰ ਮੈਂ ਹਮੇਸ਼ਾ ਭੁੱਖ ਰੱਖ ਕੇ ਖਾਂਦੀ ਹਾਂ, ਥੋੜ੍ਹਾ ਖਾ ਲਓ, ਜ਼ਿਆਦਾ ਨਾ ਖਾਓ, ਵੀ ਐਨ ਪੂਰਾ ਭਰ ਭਰ ਕੇ ਢਿੱਡ ਖਾਣਾ ਉਹ ਚੀਜ਼ ਨਾ ਕਰੋ, ਥੋੜ੍ਹਾ ਖਾ ਲਓ ਵੀ, ਠੀਕ ਆ ਜੀ, ਖਾ ਲਓ, ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਆਪਾਂ ਇੰਨੀਆਂ ਕੁ ਗੱਲਾਂ ਦਾ ਵੀ ਥੋੜ੍ਹਾ ਜਿਹਾ ਹੈ ਨਾ ਆਪਣੇ ਜੀਵਨ ਦੇ ਵਿੱਚ, ਦੇਖੋ ਜੀ, ਕੁਝ ਪਾਉਣ ਲਈ ਕੁਝ ਖੋਣਾ ਤਾਂ ਪੈਂਦਾ। ਕਈ ਭੈਣਾਂ ਫਿਰ ਕਹਿ ਦਿੰਦੀਆਂ ਨੇ ਮੈਂ ਮਿੱਠਾ ਨਹੀਂ ਛੱਡ ਸਕਦੀ, ਮੇਰੀ ਮਜਬੂਰੀ ਆ, ਜਾਂ ਮੈਂ ਐਕਸਰਸਾਈਜ਼ ਨਹੀਂ ਕਰ ਹੁੰਦੀ, ਮੇਰੇ ਤੋਂ ਇਹ ਆ, ਇਹ ਕੰਮ ਜ਼ਰੂਰੀ ਨੇ ਜੀ। ਤਾਂ ਹੀ ਤੁਹਾਨੂੰ ਕਹਿੰਦੀ ਕੁਛ ਪਾਉਣ ਲਈ ਕੁਛ ਖੋਣਾ ਤਾਂ ਪਊਗਾ ਹੀ, ਹੈ ਨਾ। ਵੀ ਕੁਝ ਕੁ ਇਹ ਹੁੰਦਾ ਵੀ ਆਪਾਂ ਕਹਿ ਦਿੰਦੇ ਘਰ ਦੇ ਕੰਮੇ ਬਹੁਤ ਨੇ, ਐਕਸਰਸਾਈਜ਼ਾਂ ਵੀ ਜ਼ਰੂਰੀ ਹੁੰਦੀਆਂ ਨੇ। ਕੁਝ ਕੁ ਆਪਾਂ ਭੈਣਾਂ ਮੈਂ ਵੀ ਕਹਿ ਦਿੰਦੀ ਹੁੰਦੀ ਸੀਗੀ ਅੱਗੇ, ਹੈ ਨਾ, ਵੀ ਜੋ ਇੰਨਾ ਤਾਂ ਕੰਮ ਕਰਦੇ ਹਾਂ, ਐਕਸਰਸਾਈਜ਼ ਦੀ ਕੀ ਲੋੜ ਆ। ਪਰ ਜਿਹੜੀ ਐਕਸਰਸਾਈਜ਼ ਨੇ ਕੰਮ ਕਰਨਾ ਜੀ, ਉਹ ਐਕਸਰਸਾਈਜ਼ ਨੇ ਹੀ ਕੰਮ ਕਰਨਾ ਹੈ, ਉਹ ਕੰਮ ਦਾ ਕੋਈ ਆਪਣੇ ਡੇਲੀ ਰੂਟੀਨ ਵਾਲੇ ਕੰਮ ਨਾਲ ਕੋਈ ਉਹ ਨਹੀਂ ਕਰ ਸਕਦੇ ਆਪਾਂ, ਹੇਲ ਮੇਲ ਨਹੀਂ ਹੈਗਾ, ਠੀਕ ਆ ਜੀ। ਕੋਸ਼ਿਸ਼ ਕਰੋ ਵੀ ਪੇਟ ਵਾਲੀਆਂ 1-2 ਐਕਸਰਸਾਈਜ਼ਾਂ ਹੈਗੀਆਂ ਜਿਹੜੀਆਂ ਯੂਟਿਊਬ 'ਤੇ ਸਰਚ ਮਾਰ ਕੇ ਦੇਖ ਲਿਓ ਤੁਸੀਂ, ਵੀ ਬਹੁਤ ਆਸਾਨ ਜਿਹੀਆਂ ਨੇ, ਉਹ ਵੀ ਆਪਾਂ ਕਰ ਸਕਦੇ ਹਾਂ, ਠੀਕ ਆ ਜੀ। ਇੱਕ ਤਾਂ ਐਂ ਹੁੰਦਾ ਜਿਹੜੀ ਆਪਾਂ ਪੈ ਕੇ ਕਰਦੇ ਹਾਂ ਨਾ, ਇੱਕਦਮ ਬੈਠ ਜਾਓ, ਪੈ ਜਾਓ, ਜਿਵੇਂ ਪੈ ਆ ਸਿੱਧੇ, ਉਹਨੂੰ ਬੈਠ ਜਾਓ ਪੇਟ 'ਤੇ ਜ਼ੋਰ ਨਾਲ, ਬੈਠਣਾ, ਫਿਰ ਪਿੱਛੇ ਨੂੰ ਪੈ ਜਾਣਾ, ਫਿਰ ਬੈਠਣਾ, ਫਿਰ ਪੈ ਜਾਣਾ। ਇਹ ਵੀ ਪੇਟ 'ਤੇ ਆਪਣੇ 'ਤੇ ਬਹੁਤ, ਕਿਉਂਕਿ ਜ਼ਿਆਦਾਤਰ ਮੋਟਾਪਾ ਪੇਟ 'ਤੇ ਹੀ ਨਜ਼ਰ ਆਉਂਦਾ, ਪੇਟ 'ਤੇ ਹੀ ਆਪਾਂ ਨੂੰ ਵੱਧ ਪ੍ਰੋਬਲਮ ਹੁੰਦੀ ਆ ਭੈਣਾਂ ਨੂੰ, ਹੈ ਨਾ। ਇੱਕ ਆਪਾਂ ਬੈਠ ਕੇ ਜੀ ਲੱਤਾਂ ਨਸਾੜ ਲਈਆਂ, ਜਿਵੇਂ ਇੱਦਾਂ ਤੁਹਾਨੂੰ ਕਰਕੇ ਦਿਖਾਉਂਦੀ ਹਾਂ, ਇਹ ਦੇਖੋ, ਇੱਦਾਂ ਆਪਾਂ ਲੱਤਾਂ ਨਸਾੜ ਕੇ ਬਹਿ ਜਾਂਦੇ ਹਾਂ, ਆਹ ਦੇਖੋ ਜੀ, ਜਿਵੇਂ ਆਪਾਂ ਇੱਦਾਂ ਲੱਤਾਂ ਨਸਾੜ ਲਈਆਂ, ਇਹਨਾਂ ਨੂੰ ਨਾ ਐਂ ਪੈਰਾਂ ਨੂੰ ਹੱਥ ਲਾਓ, ਇਹ ਵੀ ਪੇਟ 'ਤੇ ਆਪਣੇ 'ਤੇ ਸਿੱਧਾ ਉਹ ਕਰਨਗੀਆਂ, ਐਂ ਜੇ ਆਪਾਂ ਪੇਟ ਨੂੰ ਐਂ ਕਰਦੇ ਹਾਂ, ਠੀਕ ਆ ਜੀ। ਇਹ 1-2 ਐਕਸਰਸਾਈਜ਼ਾਂ ਨੇ ਜਿਹੜੀਆਂ ਪੇਟ ਵਾਲੀਆਂ ਨੇ, ਹੈ ਨਾ। ਇਹ ਤੁਸੀਂ ਯੂਟਿਊਬ 'ਤੇ ਸਰਚ ਮਾਰ ਕੇ ਵੀ ਦੇਖ ਸਕਦੇ ਹੋ, ਤੁਹਾਨੂੰ ਬੜੀ ਹੀ ਆਸਾਨੀ ਨਾਲ ਮਿਲ ਜਾਣਗੀਆਂ, ਉੱਥੇ ਤੁਸੀਂ ਸਰਚ ਮਾਰ ਕੇ ਦੇਖੋ ਅਤੇ ਟਰਾਈ ਕਰਿਓ, ਹੈ ਨਾ। ਵੀ ਇਹ ਚੀਜ਼ਾਂ ਨੂੰ ਥੋੜ੍ਹੀਆਂ ਜੇ ਤੁਸੀਂ ਫੋਲੋ ਕਰੋਗੇ, ਸਕਿੱਪ ਆਹ ਫਾਸਟ ਫੂਡ ਨੂੰ ਸਕਿੱਪ ਕਰੇਂਗੇ, ਜ਼ਰੂਰ ਜ਼ਰੂਰ ਤੁਹਾਨੂੰ ਫਾਇਦਾ ਹੋਊਗਾ। ਮੈਂ ਇਹੀ ਘਰੇਲੂ ਚੀਜ਼ਾਂ ਨਾਲ ਆਪਣੇ ਵਜ਼ਨ ਨੂੰ ਮੇਨਟੇਨ ਰੱਖਦੀ ਹਾਂ ਜੀ। ਮੈਂ ਆਪਣੀ ਰੋਟੀ ਘਟਾ ਦਿੰਦੀ ਹਾਂ ਰਾਤ ਦੀ, ਜੇ ਮੈਨੂੰ ਥੋੜ੍ਹਾ ਜਿਹਾ ਵੀ ਲੱਗਦਾ ਹੁੰਦਾ ਵੀ ਮੇਰੇ 'ਚ ਮੋਟਾਪਾ ਨਜ਼ਰ ਆਉਣ ਲੱਗ ਗਿਆ, ਤਾਂ ਮੈਂ ਆਪਣੀ ਰਾਤ ਵਾਲੀ ਰੋਟੀ ਸਕਿੱਪ ਕਰ ਦਿੰਦੀ ਹੁੰਦੀ ਹਾਂ।
ਘੱਟ ਕਰ ਲੈਂਦੀ ਹੁੰਦੀ ਹਾਂ। ਜਿੱਥੇ ਮੈਂ ਤਿੰਨ ਰੋਟੀਆਂ ਖਾਂਦੀ ਹਾਂ ਪਹਿਲਾਂ ਮੈਂ ਦੋ ਕਰ ਲੈਂਦੀ ਹਾਂ, ਫਿਰ ਮੈਂ ਡੇਢ ਕਰ ਲੈਂਦੀ ਹਾਂ, ਫਿਰ ਮੈਂ ਇੱਕ ਵੀ ਕਰ ਲੈਂਦੀ ਹਾਂ। ਇੱਦਾਂ ਫਰਕ ਪੈ ਜਾਣਾ ਜੀ, ਤੁਸੀਂ ਟਰਾਈ ਕਰਕੇ ਦੇਖਿਓ ਮੇਰੇ ਕਹਿਣ 'ਤੇ। 2 ਮਹੀਨੇ ਦੇ ਵਿੱਚ ਜੇ ਤੁਸੀਂ ਆਹ ਸਾਰੀਆਂ ਗੱਲਾਂ ਫੋਲੋ ਕਰੋਗੇ ਤਾਂ ਤੁਹਾਡੇ ਆਪਣੇ ਆਪ ਫਰਕ ਪੈ ਜੂਗਾ, ਠੀਕ ਹੈ ਜੀ। ਅਤੇ ਵੀਡੀਓ ਦਾ ਹੁਣ ਆਪਾਂ ਕਰਾਂਗੇ ਐਂਡ, ਕਿਉਂਕਿ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ। ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ, ਸ਼ੇਅਰ ਕਰੋ ਚੈਨਲ 'ਤੇ, ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ ਜ਼ਰੂਰ ਕਰਕੇ ਜਾਇਆ ਕਰੋ। ਮਿਲਦੇ ਹਾਂ ਜੀ ਕੋਈ ਨਵੀਂ ਵੀਡੀਓ 'ਚ। ਓਕੇ ਜੀ, ਬਾਏ ਬਾਏ, ਟੇਕ ਕੇਅਰ।